ਅਤੇ ਹੁਣ ਅਸੀਂ ਤੁਹਾਨੂੰ ਜਿਵੇਂ ਮੈਂ ਦੱਸਿਆ ਸੀ ਸੰਗੀਤ ਸ਼ਾਲਾ ਪੰਜਾਬ ਸੰਗੀਤ ਨਾਟਕ ਅਕੈਡਮੀ ਦੀ ਬੜੀ ਵੱਡੀ ਵਿਰਾਸਤ ਹੈ। ਪੰਜਾਬ ਦੇ ਉਹਨਾਂ ਫਨਕਾਰਾਂ ਦੇ ਸਾਜ਼ ਲੋਕ ਸਾਜ਼ ਸੰਭਾਲੇ ਲਿਆ ਕੇ ਇੱਥੇ, ਜਿਹਨਾਂ ਨਾਲ ਖੁਦ ਗਾਉਂਦੇ ਰਹੇ ਸੁਰਿੰਦਰ ਕੌਰ ਘੁੰਗਰੂ, ਯਮਲਾ ਜੀ ਤੂੰਬੀ ਅਤੇ ਗੁਰਦਾਸ ਪਾਂਡਾ ਫਲੀਤੇ। ਪ੍ਰੀਤਮ ਰੁਪਾਲ ਸਾਹਿਬ ਬੜੀ ਜਾਣੀ ਪਛਾਣੀ ਸ਼ਖਸੀਅਤ ਹਨ ਜਿਹੜੇ ਕਿ ਪੰਜਾਬ ਸੰਗੀਤ ਨਾਟਕ ਅਕੈਡਮੀ ਦੇ ਸਕੱਤਰ ਹਨ। ਰੇਡੀਓ 'ਤੇ ਬਹੁਤ ਲੰਮਾ ਸਮਾਂ ਕੰਮ ਕੀਤਾ, ਸੀਨੀਅਰ ਪੱਤਰਕਾਰ। ਰੁਪਾਲ ਜੀ ਤੁਹਾਡਾ ਸਵਾਗਤ। ਬਹੁਤ ਬਹੁਤ ਸ਼ੁਕਰੀਆ। ਕੀ ਹਾਲ ਚਾਲ ਹੈ? ਹਾਂਜੀ, ਬਹੁਤ ਬਹੁਤ ਵਧੀਆ। ਸੰਗੀਤ ਸ਼ਾਲਾ ਦਾ ਬੜਾ ਤੁਹਾਡਾ ਪ੍ਰਕਾਸ਼ ਕੌਰ ਤੋਂ ਸ਼ੁਰੂ ਕਰਦੇ ਹਾਂ ਆਪਾਂ। ਹਾਂਜੀ ਹਾਂਜੀ। ਅਤੇ ਦੇਖੋ ਆ ਘੜੇ ਬੜੇ ਸੋਹਣੇ, ਘੜੇ ਵੱਜਦਾ ਕਿੰਗ ਵੱਜਦੀ ਹੈਂ, ਕਿਤੇ ਗਾਗਰ ਵੱਜਦੀ ਸੁਣ ਜਿੰਦੜੀ। ਅਤੇ ਰੁਪਾਲ ਜੀ ਸਾਨੂੰ ਇਹਨਾਂ ਸਾਜ਼ਾਂ ਬਾਰੇ ਜਾਣਕਾਰੀ ਦੇਣਗੇ। ਸਭ ਤੋਂ ਪਹਿਲਾਂ ਉਸਤਾਦ ਬੜੇ ਗੁਲਾਮ ਅਲੀ ਖਾਨ ਦੇ ਦਰਸ਼ਨ ਕਰਦੇ ਹਾਂ। ਇਹ ਪੋਰਟਰੇਟ ਹੈ ਜੀ ਆਰ ਐਮ ਸਿੰਘ ਬੜੇ ਗੁਲਾਮ ਅਲੀ ਖਾਨ ਦਾ। ਠੀਕ। ਅਮਰ ਸਿੰਘ ਸ਼ੌਂਕੀ, ਅਮਰ ਸਿੰਘ ਸ਼ੌਂਕੀ ਜਿਹੜੇ ਢਾਡੀ ਸਾਡੇ ਸ਼੍ਰੋਮਣੀ ਢਾਡੀ ਉਸਤਾਦ ਜੀ ਆ ਗਏ, ਸੁਰਿੰਦਰ ਕੌਰ ਜੀ ਆ ਗਏ, ਸੁਰਿੰਦਰ ਕੌਰ। ਔਰ ਦੇਖੋ ਇਹ ਵੀ ਕਿੱਡੀ ਵਧੀਆ ਗੱਲ ਹੈ ਦੋਸਤੋ, ਇਹ ਅਲਗੋਜੇ ਜਿਹੜੇ ਮੰਗਲ ਸੁਨਾਮੀ ਉਹਦੇ ਅਲਗੋਜੇ ਪਏ ਹੈ, ਫਿਰ ਅਮਰ ਸਿੰਘ ਸ਼ੌਂਕੀ ਦੀ ਢੱਡ ਪਈ ਹੈ, ਫਿਰ ਉਸਤਾਦ ਯਮਲਾ ਜੀ ਦੀ ਤੂੰਬੀ ਪਈ ਹੈ, ਫਿਰ ਘੁੰਗਰੂ ਸੁਰਿੰਦਰ ਕੌਰ ਦੇ ਪਏ ਨੇ, ਗੁਰਦਾਸ ਮਾਨ ਦੀ ਡਫਲੀ ਪਈ ਹੈ। ਰੁਪਾਲ ਜੀ ਇਹ ਸਾਰਾ ਕਿਵੇਂ ਇਕੱਠਾ ਕੀਤਾ ਤੁਸੀਂ? ਅਸਲ ਦੇ ਵਿੱਚ ਜਦੋਂ ਇਹ ਤੁਰਨਾ ਫੁਰਿਆ ਕਿ ਇੱਥੇ ਸੰਗੀਤ ਸ਼ਾਲਾ ਬਣਾਉਣੀ ਹੈ, ਉਸ ਵੇਲੇ ਪ੍ਰੋਫੈਸਰ ਰਾਜਪਾਲ ਸਿੰਘ ਹੋਰੀ ਸਕੱਤਰ ਸੀਗੇ ਪੰਜਾਬ ਸੰਗੀਤ ਨਾਟਕ ਅਕਾਦਮੀ ਦੇ, ਅਤੇ ਉਹਨਾਂ ਨੇ ਕਿਉਂਕਿ ਰੰਧਾਵਾ ਸਾਹਿਬ ਦਾ ਅਸਲ ਦੇ ਵਿੱਚ ਇਹ ਸੁਪਨਾ ਸੀ ਕਿ ਇੱਥੇ ਕਿਸ ਤਰ੍ਹਾਂ ਦਾ ਧਰੋਹਰ ਬਣਾਇਆ ਜਾਵੇ ਜਿੱਥੇ ਸਾਰੇ ਪੂਰੇ ਪੰਜਾਬ ਦੇ ਜਿੰਨੇ ਵੀ ਫਨਕਾਰ ਨੇ ਉਹਨਾਂ ਦੀਆਂ ਯਾਦਾਂ, ਉਹਨਾਂ ਦੇ ਪੋਰਟਰੇਟ, ਉਹਨਾਂ ਦੀਆਂ ਤਸਵੀਰਾਂ, ਉਹਨਾਂ ਦਾ ਕੰਮ ਇੱਥੇ ਡਿਸਪਲੇ ਕੀਤਾ ਜਾਵੇ, ਲੋਕ ਆ ਕੇ ਦੇਖਣ। ਉਸ ਨੂੰ ਲੈ ਕੇ ਪ੍ਰੋਫੈਸਰ ਰਾਜਪਾਲ ਜੀ ਉਦੋਂ ਸਕੱਤਰ ਸੀ, ਬੀਬੀ ਹਰਜਿੰਦਰ ਕੌਰ ਜੀ ਪ੍ਰਧਾਨ ਸੀ ਪੰਜਾਬ ਸੰਗੀਤ ਨਾਟਕ ਅਕਾਦਮੀ। ਅੱਛਾ। ਉਸ ਵੇਲੇ ਅਤੇ ਉਸ ਵੇਲੇ ਫਿਰ ਇਹ ਕੰਮ ਸ਼ੁਰੂ ਹੋਇਆ ਇਹ ਸਾਰਾ ਕੁਛ ਜਿਹੜਾ ਲਿਆਉਣ ਦਾ। ਮੰਗਲ ਸੁਨਾਮੀ ਜੀ ਦੇ ਅਲਗੋਜ਼ੇ ਜਿਹੜੇ ਜਿਨ੍ਹਾਂ ਨੇ ਲੰਬਾ ਸਮਾਂ ਜਿਹੜੇ ਭੰਗੜੇ ਦੀਆਂ ਟੀਮਾਂ ਨਾਲ, ਗੀਤਾਂ ਦੇ ਨਾਲ, ਫੋਕ ਦੇ ਨਾਲ ਜਿਹੜਾ ਸੀ ਆਪਣੇ ਅਲਗੋਜ਼ੇ ਜਿਹੜੇ ਹੈ ਇਹ ਵਜਾਏ। ਅਤੇ ਅਮਰ ਸਿੰਘ ਸ਼ੌਂਕੀਪੁਰਾਂ ਬਾਰੇ ਸਾਰੇ ਜਾਣਦੇ ਨੇ ਪੁਰਾਣੇ ਦਾ, ਖਾਸ ਕਰਕੇ ਉਹਨਾਂ ਦੀਆਂ ਜਿਹੜੀਆਂ ਕਲੀਆਂ ਵੀ ਸੁਣੀਆਂ, ਉਹਨਾਂ ਦੇ ਗੀਤ ਵੀ ਸੁਣਿਆ। ਹਾਂਜੀ, ਉਹਨਾਂ ਜਿਹੜਾ ਮਿਰਜ਼ਾ ਬੜਾ ਹੀ ਜਿਹੜਾ ਪਾਪੂਲਰ ਹੋਇਆ, ਸਹਿਬਾ ਬਾਜਾ ਮਾਰਦੀ, ਹੈ ਨਾ, ਮਿਰਜ਼ਾ ਆਖੇ ਸਾਹਿਬਾਂ ਕਿਉਂ ਆਈਓ ਦਲਗੀਰ। ਸੋ ਇਹਦੇ ਨਾਲ ਉਹਨਾਂ ਦੀ ਢੱਡ ਜਿਹੜੀ ਉਹਨਾਂ ਦੀ ਜਿਹੜੀ ਹੈਗੀ ਇੰਤਕਾਲ ਤੋਂ ਬਾਅਦ, ਉਹਨਾਂ ਦੇ ਦੇਹਾਂਤ ਤੋਂ ਬਾਅਦ ਪਰਿਵਾਰ ਨੇ ਦਿੱਤੀ। ਇਸ ਤਰ੍ਹਾਂ ਲਾਲਚੰਦ ਜਮਲਾ ਜੱਟ ਜੀ ਦੀ ਇਹ ਤੂੰਬੀ, ਅਤੇ ਲਾਲਚੰਦ ਜਮਲਾ ਜੱਟ ਜੀ ਕੰਗਿਆਣਵੀ ਸਾਹਿਬ ਤੁਸੀਂ ਤਾਂ ਖੈਰ ਉਹਨਾਂ ਦੇ ਸ਼ਾਗਿਰਦ ਤੋਂ, ਤੁਹਾਨੂੰ ਪਤਾ ਹੈ ਕਿ ਜਮਲਾ ਜੱਟ ਜੀ ਨੇ ਹੀ ਜਿਹੜਾ ਇਸ ਸਾਜ਼ ਨੂੰ ਕਿਸ ਤਰ੍ਹਾਂ ਇਜਾਦ ਕੀਤਾ, ਅਤੇ ਉਸ ਤੋਂ ਪਹਿਲਾਂ ਸਾਡੇ ਦੁਤਾਰੇ ਦੀ ਜਿਹੜੀ ਪਰੰਪਰਾ ਸੀ ਅਤੇ ਉਹਨੂੰ ਫਿਰ ਇੱਕ ਤਾਰ 'ਤੇ ਲੈ ਕੇ ਆਏ, ਭਾਵੇਂ ਕਿੰਗ ਵੀ ਉਹਨਾਂ ਨੇ ਵਜਾਈ, ਫਿਰ ਤੂੰਬੀ ਵਜਾਈ, ਛੋਟੇ ਤੋਂ ਛੋਟਾ ਸਾਈਜ਼ ਜਿਹੜਾ ਤੂੰਬੀ ਦਾ ਉਹਨਾਂ ਨੇ ਆਜ਼ਾਦ ਕੀਤਾ। ਅਤੇ ਇਹ ਘੁੰਗਰੂ ਬੀਬੀ ਸੁਰਿੰਦਰ ਕੌਰ ਜੀ, ਕਿਉਂਕਿ ਬੀਬੀ ਸੁਰਿੰਦਰ ਕੌਰ ਜੀ ਉਹਨਾਂ ਨੇ ਡਿਊਟ ਵੀ ਗਾਏ, ਉਹਨਾਂ ਨੇ ਸੋਲੋ ਵੀ ਗਾਏ, ਉਹਨਾਂ ਨੇ ਗਰੁੱਪ ਦੇ ਵਿੱਚ ਆਪਣੇ ਦੋਨੇ ਭੈਣਾਂ ਦੇ ਨਾਲ ਮਿਲ ਕੇ ਵੀ ਗਾਇਆ, ਅਤੇ ਪਰ ਜਿਹੜਾ ਸਾਜ਼ ਖੁਦ ਉਹ ਆਪ ਨਾਲ ਜਦੋਂ ਕਰਦੇ ਸੀ, ਜਿਹਦਾ ਸੰਗਤ ਲੈਂਦੇ ਸੀ, ਖੁਦ ਉਹ ਘੁੰਗਰੂ ਉਹ ਖੁਦ ਆਪ ਬਣਾਉਂਦੇ ਸੀ। ਹਾਂਜੀ, ਤਾਲ ਵਾਸਤੇ ਘਣ ਸਾਜ਼ ਹੈ ਇਹ। ਅਤੇ ਇਹ ਗੁਰਦਾਸ ਮਾਨ ਜੀ ਦੀ ਡਫਲੀ, ਅਤੇ ਗੁਰਦਾਸ ਮਾਨ ਜੀ ਖੁਦ ਜਿਹੜੀ ਹੈ ਇਹ ਪਹਿਲੀ ਡਫਲੀ ਹੈ ਜਦੋਂ ਉਹਨਾਂ ਨੇ ਗਾਉਣਾ ਸ਼ੁਰੂ ਕੀਤਾ ਦੂਰਦਰਸ਼ਨ 'ਤੇ, ਲੰਬਾ ਸਮਾਂ ਉਹਨਾਂ ਨੇ ਗਾਇਆ ਇਸ ਡਫਲੀ ਦੇ ਨਾਲ। ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਇੱਦਾਂ ਦੀ ਜਿਹੜਾ ਹੈ
ਇੱਕ ਵਿਰਾਸਤ ਬਣਾਈ ਜਾ ਰਹੀ ਹੈ। ਇਸ ਤਰ੍ਹਾਂ ਦਾ ਇੱਕ ਜਿਹੜਾ ਹੈਗਾ ਅਜਾਇਬ ਘਰ ਕਹਿ ਲਓ ਜਾਂ ਕੁਛ ਵੀ ਇੱਦਾਂ ਦਾ ਮਿਊਜ਼ੀਅਮ ਬਣਾਇਆ ਜਾ ਰਿਹਾ, ਉਹ ਖੁਦ ਆਪਣੇ ਸਿਰ 'ਤੇ ਰੱਖ ਕੇ ਬਕਾਇਦਾ ਸਿਰ 'ਤੇ ਢੱਕ ਕੇ ਇਹ ਡਫਲੀ ਖੁਦ ਲੈ ਕੇ ਆਏ ਇੱਥੇ ਛੱਡ ਕੇ ਗਏ ਆਪਣੇ ਖੁਦ ਆ ਕੇ। ਅੱਛਾ ਦੇਖੋ ਤੁਹਾਡੀ ਬੜਾ ਅੱਛਾ ਲੱਗ ਰਿਹਾ ਇਹਨੂੰ ਨਾਲ ਜਿਹੜੀਆਂ ਕਲਾਵਾਂ ਆਪਣੇ ਦੂਸਰੀਆਂ ਚੱਲਦੀਆਂ, ਹਾਲਾਂਕਿ ਲਲਿਤ ਕਲਾ ਦਾ ਹਿੱਸਾ ਹੈ ਇਹ ਸੰਗੀਤ। ਛਿੱਕੂ ਬਹੁਤ ਵਧੀਆ ਚੀਜ਼ ਹੈ ਹਨਾ, ਤੇ ਪਰ ਇਹ ਵੀ ਕਿਉਂਕਿ ਜਦੋਂ ਇੱਥੇ ਆਪਾਂ ਕੋਈ ਵਰਕਸ਼ਾਪ ਲਾਉਂਦੇ ਆ ਬੱਚੇ ਪਾਉਂਦੇ ਆ, ਖਾਸ ਕਰਕੇ ਇਹ ਸੰਤੂਰ ਹੈ, ਇਹ ਸਰੰਦਾ ਜੀ, ਸਰੰਦਾ ਹਾਂ, ਸਰੰਦਾ ਅਸਲ ਵਿੱਚ ਸਾਡੇ ਗੁਰਮਤ ਸੰਗੀਤ ਦੇ ਨਾਲ ਜੁੜਿਆ ਹੋਇਆ ਸਾਜ ਹੈ, ਤੇ ਇਹ ਪੁਰਾਣਾ ਜਿਹੜਾ ਹੈਗਾ ਸਰੰਦਾ ਇਹ। ਫਿਰ ਸਾਜ਼ ਜਦੋਂ ਇੱਕ ਵਾਰੀ ਇੱਥੇ ਇਹ ਹੋਇਆ ਕਿ ਇਹ ਸਮਝਿਆ ਗਿਆ ਕਿ ਸਾਜ਼ ਜਿਹੜੇ ਸਾਰੇ ਹੋਣੇ ਚਾਹੀਦੇ ਨੇ, ਸਲਾਹ ਤੁਹਾਡੇ ਵਰਗੇ ਸੱਜਣਾਂ ਨੇ ਦਿੱਤੀ ਵੀ ਘੱਟੋ ਘੱਟ 33 ਸਾਜ਼ ਸਾਰੇ ਹੋਣੇ ਚਾਹੀਦੇ ਨੇ। ਸਾਨੂੰ ਪਤਾ ਸਾਡਾ ਜਿਹੜਾ ਗੁਰਮਤਿ ਸੰਗੀਤ ਹੈ ਉਹ ਸਾਰੇ ਪਹਿਲਾਂ 33 ਸਾਜ਼ਾਂ 'ਤੇ ਜਿਹੜਾ ਸੀਗਾ ਉਹ ਗਾਇਆ ਜਾਂਦਾ ਸੀ, ਅਤੇ ਲੋਕ ਸੰਗੀਤ ਦੇ ਵਿੱਚ 33 ਸਾਜ਼ਾਂ ਦਾ ਬਹੁਤ ਵੱਡਾ ਯੋਗਦਾਨ। ਇਹ ਵੀ ਬਿਲਕੁਲ ਇਹ ਵੀ ਸਾਰੰਦਾ ਹੈਗਾ, ਅਤੇ ਇਹ ਫਿਰ ਦੁਬਾਰਾ ਬਕਾਇਦਾ ਇਹ ਜਿਹੜੇ ਸਾਜ਼ ਸੀ ਸਾਰੇ ਬਣਵਾਏ ਗਏ ਔਰਡਰ ਦੇ ਕੇ। ਇਹਦੀ ਭੈਣ ਸਰੰਗੀ, ਇਹ ਸਾਰੰਗੀ ਹੈ, ਸਾਰੰਗੀ ਪੰਜਾਬ ਦੇ ਵਿੱਚ, ਸਾਰੰਗੀ ਸਾਡੇ ਕਲਾਸੀਕਲ ਸਾਡੀ ਗਾਇਕੀ ਦਾ ਵੀ ਹਿੱਸਾ ਹੈ, ਅਤੇ ਸਾਰੰਗੀ ਜਿਹੜੀ ਇਹ ਟੋਟਾ ਹੈ ਇਹ ਜਿਹੜਾ ਸਹੀ ਫੋਕ ਦੇ ਵਿੱਚ ਜਾਂ ਸਾਡੇ ਧਾਰਮਿਕ ਸਟੇਜਾਂ ਦੇ ਉੱਤੇ ਜਿਹੜੇ ਸਾਡੇ ਢਾਡੀ ਹੈ ਉਹ ਇਹਦੀ ਸੰਗਤ ਇਹ ਅਲਗੋਜੇ ਆ ਗਈ। ਅਜਮੇਰ ਸਿੰਘ ਔਲਖ ਦੇ ਦਰਸ਼ਨ ਕਰਦੇ ਹਾਂ ਸਭ ਹੋਰਾਂ ਦੀ, ਅਸੀਂ ਜਿਹੜੀ ਹੈ ਪੰਜਾਬੀ ਦੇ ਨਾਟਕਕਾਰ ਵੱਡੇ ਵੀਰ ਪੋਰਟਰੇਟ ਰੱਖਿਆ ਹੋਇਆ ਕਿਉਂਕਿ ਉਹ ਵੀ ਹੁਣ ਸਾਡੇ ਵਿਚਕਾਰ ਨਹੀਂ ਰਹੇ, ਅਤੇ ਇਸ ਤਰ੍ਹਾਂ ਆਸਾ ਸਿੰਘ ਮਸਤਾਨਾ ਜੀ ਦਾ ਜਿਹੜਾ ਹੈਗਾ ਪੋਰਟਰੇਟ ਉਹਨਾਂ ਦਾ ਚਿੱਤਰ ਜਿਹੜਾ ਉਹ ਵੀ ਰੱਖਿਆ ਕਿਉਂਕਿ ਲੰਬਾ ਸਮਾਂ ਸੁਰਿੰਦਰ ਕੌਰ ਜੀ ਨਾਲ ਡਿਊਟ ਗਾਏ ਨੇ ਉਹਨਾਂ ਨੇ, ਬਾਪੂ ਕਰਨੈਲ ਸਿੰਘ ਪਾਰਸ ਜਿਹੜੇ ਪਹਿਲਾਂ ਕਵੀਸ਼ਰੀਆਂ ਕਰਦੇ ਰਹੇ ਜਾਂ ਕਵੀਸ਼ਰੀ ਲਿਖਦੇ ਰਹੇ ਅਤੇ ਉਹਨਾਂ ਨੇ ਖੁਦ ਵੀ ਗਾਇਆ, ਬਾਅਦ ਦੇ ਵਿੱਚ ਢੱਡ ਸਾਰੰਗੀ ਵਾਲੇ ਪਾਸੇ ਉਹਨਾਂ ਦੇ ਬਹੁਤ ਸਾਰੇ ਜਿਹੜੇ ਸੀ ਉਹ ਜਿਹੜੇ ਪਾਪੂਲਰ ਹੋਏ, ਅਤੇ ਇਹ ਵੀ ਇੱਕ ਲੋਕ ਸਾਜ਼ ਹੈ ਜਿਹੜਾ ਖਾਸ ਕਰਕੇ ਮਰਦਾਂ ਦੇ ਗਿੱਧੇ ਦੇ ਵਿੱਚ ਵਰਤਿਆ ਜਾਂਦਾ, ਬਾਅਦ ਦੇ ਵਿੱਚ ਭੰਗੜੇ 'ਚ ਵੀ ਇਹਨੂੰ ਵਰਤਣਾ ਸ਼ੁਰੂ ਕਰਤਾ। ਵੈਸੇ ਕਿਰਲਾ ਹੈ, ਕਿਰਲਾ ਹਾਂਜੀ, ਭਾਵੇਂ ਇਹਨੂੰ ਕਾਟੋ ਕਹਿ ਦਿੰਦੇ ਆ ਕਿ ਜੀ, ਪਰ ਇਹਨੂੰ ਵੈਸੇ ਕਿਰਲਾ ਕਹਿੰਦੇ ਆ। ਇਹ ਉਸਤਾਦ ਗਰੀਬਦਾਸ ਜੀ ਦੀ ਤਸਵੀਰ ਹੈ, ਉਸਤਾਦ ਗਰੀਬਦਾਸ ਜੀ ਬੜੇ ਅੱਛੇ ਘੋਲੇ ਸੀਗੇ ਚੰਡੀਗੜ੍ਹ ਦੇ ਜਿਹੜੇ ਸੀ, ਅਤੇ ਇਹਨਾਂ ਦੇ ਨਾਲ ਹੀ ਜਿਹੜੇ ਭੰਗੜੇ ਦੇ ਬੜੇ ਵੱਡੇ ਮਾਹਰ ਰਹੇ ਸੇਖੋਂ ਸਾਹਿਬ, ਅਤੇ ਇਹ ਸੇਖੋਂ ਸਾਹਿਬ ਦੀ ਜਿਹੜੀ ਹੈ ਉਹ ਤਸਵੀਰ ਹੈ, ਨਾਲ ਉਹਨਾਂ ਦਾ ਖੂੰਡਾ ਵੀ ਹੈ, ਬੜਾ ਨਾਮ ਸੀ ਹਾਂਜੀ। ਅਤੇ ਇਹ ਖੜਤਾਲਾਂ ਸਾਡਾ ਲੋਕ ਸਾਜ਼ ਹੈ, ਇਹਨੂੰ ਧਾਰਮਿਕ ਉਹਦੇ ਵਿੱਚ ਵੀ ਵਰਤਿਆ ਜਾਂਦਾ, ਜਿਵੇਂ ਖਾਸ ਕਰਕੇ ਕੀਰਤਨ ਦੇ ਵਿੱਚ, ਜਾਗਰਣ ਦੇ ਵਿੱਚ ਜਿਹੜਾ ਵਰਤਿਆ ਜਾਂਦਾ, ਅਤੇ ਇਹ ਵੀ ਲੋਕ ਸਾਜ਼ ਹੈ। ਇਹਨੂੰ ਜਿਹੜੇ ਗੁੱਗਾ ਗਾਉਂਦੇ ਹੈ ਉਹ ਇਹਨੂੰ ਡੋਰੂ ਕਹਿੰਦੇ ਆ ਵੈਸੇ।